हेलो डियर स्टूडेंट्स वेलकम बैक टू माय YouTube चैनल सो so, इस वीडियो ਦੇ ਵਿੱਚ ਬੱਚੇ ਅਸੀਂ ਗੱਲ ਕਰਾਂਗੇ ਕਲਾਸ 11th ਫਿਜ਼ਿਕਸ ਦਾ ਸਿਲੇਬਸ ਸੋ ਸੈਕੰਡ ਟਰਮ ਦੇ ਸਿਲੇਬਸ ਵਿੱਚ ਕੀ ਕੁਝ ਆਏਗਾ ਕੀ ਕਰਨਾ ਹੋਏਗਾ ਜਾਂ ਕਿੰਨੇ ਮਾਰਕਸ ਦਾ ਕਰਨਾ ਹੋਏਗਾ ਸੋ ਇਸ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਸੋ ਹਲੇ ਤੱਕ ਬੱਚੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਆਫੀਸ਼ੀਅਲੀ ਇਹ ਡਿਕਲੇਅਰ ਨਹੀਂ ਕੀਤਾ ਗਿਆ ਕਿ ਕਿਸ ਚੈਪਟਰ ਦੇ ਵਿੱਚੋਂ ਕਿੰਨੇ ਮਾਰਕਸ ਦਾ ਪੇਪਰ ਆਏਗਾ ਬਟ ਹਾਂ ਤੁਹਾਡਾ ਸਿਲੇਬਸ ਜਿਹੜਾ ਰਿਡਿਊਸ ਨਹੀਂ ਹੋਏਗਾ ਤੁਸੀਂ ਸਾਰੇ ਦਾ ਸਾਰਾ ਸਿਲੇਬਸ ਹੀ ਕਰਨਾ ਹੈ ਆ ਸੋ ਦੇਖ ਲੈਣੇ ਆ ਬੱਚੇ ਆਪਣਾ ਸਿਲੇਬਸ ਕਿ ਅਸੀਂ ਸੈਕੰਡ ਟਰਮ ਦੇ ਸਿਲੇਬਸ ਦੇ ਵਿੱਚ ਕੀ ਕੁਝ ਕਰਨਾ ਸੋ ਯੂਨਿਟ ਨੰਬਰ 6 ਆ ਮਤਲਬ ਕਿ ਤੁਹਾਡੇ ਟਰਮ ਸੈਕੰਡ ਦਾ ਫਸਟ ਚੈਪਟਰ ਹੈ ਸੋ ਚੈਪਟਰ ਨੰਬਰ ਤੁਹਾਡੀ ਬੁੱਕ ਦੇ ਵਿੱਚ ਬੱਚੇ 8th ਮਿਲ ਜਾਏਗਾ ਗ੍ਰੈਵਿਟੇਸ਼ਨ ਸੋ ਗ੍ਰੈਵਿਟੇਸ਼ਨ ਬਹੁਤ ਈਜ਼ੀ ਚੈਪਟਰ ਹੈ ਔਰ ਇਹਦੇ ਵਿੱਚੋਂ ਬੱਚੇ 1 ਮਾਰਕਸ ਦਾ 2 ਮਾਰਕਸ ਦੇ ਕੁਐਸਚਨ ਬਣਨ ਦੇ ਚਾਂਸਸ ਜ਼ਿਆਦਾ ਹੁੰਦੇ ਆ 3 ਮਾਰਕਸ ਦਾ ਕੁਐਸਚਨ ਬਣ ਸਕਦਾ ਬਟ 5 ਦਾ ਨਹੀਂ ਬਣੇਗਾ ਸੋ 1 2 ਔਰ 3 ਮਾਰਕਸ ਦਾ ਕੁਐਸਚਨ ਜਿਹੜਾ ਇਹਦੇ ਵਿੱਚੋਂ ਬਣ ਸਕਦਾ ਦੂਸਰੀ ਚੀਜ਼ ਬੱਚੇ ਇਹਦੇ ਵਿੱਚ ਤੁਹਾਡਾ ਥਿਓਰੀਟੀਕਲ ਪਾਰਟ ਹੀ ਹੋਏਗਾ ਇਹਦਾ ਮਤਲਬ ਜਿੱਦਾਂ ਤੁਸੀਂ ਕਰੋਨਾ ਤੋਂ ਪਹਿਲਾਂ ਟੈਸਟ ਦਿੰਦੇ ਸੀ ਪੇਪਰ ਦਿੰਦੇ ਸੀ ਥਿਉਰੀ ਲਿਖ ਕੇ ਦਿੰਦੇ ਹੁੰਦੇ ਸੀ ਉਹ ਚੀਜ਼ ਹੋਏਗਾ ਐਮਸੀਕਿਊਜ਼ ਪੇਪਰ ਨਹੀਂ ਹੋਏਗਾ ਨੰਬਰ 1 ਇਜ਼ ਕੈਪਲਰਸ ਲਾਅ ਆਫ ਪਲੈਨੇਟਰੀ ਮੋਸ਼ਨ then the laws universal law of gravity بچے ਆਹ ਕੁਐਸਚਨ ਜਿਹੜਾ 1 ਮਾਰਕਸ ਦਾ ਜਾਂ ਫਿਰ 3 ਮਾਰਕਸ ਦਾ ਕੁਐਸਚਨ ਬਣ ਸਕਦਾ ਐ ਐਕਸੇਲੇਸ਼ਨ ਡਿਊ ਟੂ ਗ੍ਰੈਵਿਟੀ ਇਹ بچے ਤੁਸੀਂ ਸਿਰਫ ਔਰ ਸਿਰਫ ਜਿਹੜਾ ਕਿ ਤੁਹਾਡਾ ਰਿਲੇਸ਼ਨ ਆਉਂਦਾ ਤੁਸੀਂ ਰਿਲੇਸ਼ਨ ਨੂੰ ਲਰਨ ਕਰਨਾ ਆ अदरवाइज ਇਹ ਕੁਐਸਚਨ ਟਾਪਿਕ ਇੰਪੋਰਟੈਂਟ ਨਹੀਂ ਆ ਨੈਕਸਟ ਆ ਬੱਚੇ ਹਾਈਟ ਔਰ ਡੈਪਥ ਵਾਲੇ ਦੋ ਆਰਟੀਕਲਸ ਐ ਇਹ ਦੋ ਅਲੱਗ-ਅਲੱਗ ਟਾਪਿਕਸ ਐ ਸੋ ਅਲੱਗ-ਅਲੱਗ ਟਾਪਿਕਸ بچے 3-3 ਮਾਰਕਸ ਦੇ ਅਲੱਗ ਤੋਂ ਪੁੱਛੇ ਜਾ ਸਕਦੇ ਆ ਨੈਕਸਟ ਆ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ ਸੋ ਥਿਸ ਇਜ਼ ਆਲਸੋ 3 ਮਾਰਕਸ ਕੁਐਸਚਨ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ ਇਹ ਵੀ 3 ਮਾਰਕਸ ਦਾ ਕੁਐਸਚਨ ਐ ਸਕੇਪ ਵੈਲੋਸਿਟੀ ਆਰਬਿਟਲ ਵੈਲੋਸਿਟੀ ਬੱਚੇ ਇਹ ਵੀ 3 3 ਮਾਰਕਸ ਦਾ ਕੁਐਸਚਨ ਹੈ ਹੁਣ ਹੋ ਸਕਦਾ ਤੁਹਾਡੇ ਸਕੂਲ ਦੇ ਟੀਚਰ ਜਿਹੜੇ ਆ ਖੁਦ ਪੇਪਰ ਬਣਾਣਗੇ ਤਾਂ ਹੋ ਸਕਦਾ ਇਹੀ ਕੁਐਸਚਨ ਕਿਉਂਕਿ ਇਹ ਲੌਂਗ ਕੁਐਸਚਨਸ ਵੀ ਬਣ ਜਾਂਦੇ ਆ ਤਾਂ ਹੋ ਸਕਦਾ ਇਹੀ ਕੁਐਸਚਨ 5 ਮਾਰਕਸ ਦੇ ਅੰਦਰ ਵੀ ਪੁੱਛ ਲੇ ਜਾਣ ਆਦਰਵਾਇਜ਼ ਇਹ 3 ਮਾਰਕਸ ਦੇ ਕੁਐਸਚਨਸ ਬਣਦੇ ਆ ਲਾਸਟ ਵਿੱਚ ਆ ਬੱਚੇ ਜੀਓਸਟੇਸ਼ਨਰੀ ਸ ਸੋ ਜੀਓ ਸਟੇਸ਼ਨਰੀ ਸੈਟਲਾਈਟ ਬੱਚੇ ਡੈਫੀਨੇਸ਼ਨ ਆ ਯੂਸੇਸ ਆ ਇਕਸਟਰਾ ਬਸ ਸੋ ਇਹ ਛੋਟਾ ਜਿਹਾ ਚੈਪਟਰ ਆ ਹਾਰਡਲੀ ਜਿਹੜਾ ਆ 5 ਯਾ 6 ਡੇਸ ਦੇ ਵਿੱਚ ਤੁਹਾਡਾ ਜਿਹੜਾ ਇਹ ਪੂਰਾ ਚੈਪਟਰ ਆ ਕੰਪਲੀਟ ਹੋ ਜਾਏਗਾ ਨੈਕਸਟ ਆਜੋ ਯੂਨਿਟ ਨੰਬਰ 7 ਪ੍ਰੋਪਰਟੀਆਂ ਆਫ ਬਲਕ ਮੈਟਰ ਇਹ ਥੋੜਾ ਜਿਹਾ ਬੱਚੇ ਇੰਪੋਰਟੈਂਟ ਔਰ ਥੋੜਾ ਲੈਂਥੀ ਯੂਨਿਟ ਆ ਸੋ ਇਹਨੂੰ ਥੋੜੀ ਜਿਹੀ ਜ਼ਿਆਦਾ ਦਿਨ ਲੱਗ ਜਾਂਦੇ ਆ ਕਹਿ ਸਕਦੇ ਆ 10 ਤੋਂ 15 ਦਿਨ ਜਿਹੜੇ ਆ इजीली ਲੱਗ ਜਾਣਗੇ ਸੋ ਇਹਦੇ ਵਿੱਚ ਬੱਚੇ ਚੈਪਟਰ ਨੰਬਰ 1 ਯਾ 9th ਚੈਪਟਰ ਦੇਖੋ ਮੈਕੈਨੀਕਲ ਪ੍ਰੋਪਰਟੀ ਆਫ ਸੋਲਿਡਸ ਜਿਹਦੇ ਵਿੱਚ ਕੀ ਹੈ ਇਲਾਸਟਿਕ ਬਿਹੇਵੀਅਰ ਆਫ ਸੋਲਿਡ ਸਟ੍ਰੈਸ ਸਟ੍ਰੇਨ ਰਿਲੇਸ਼ਨਸ਼ਿਪ ਹੁਕਸ ਲਾ ਯੰਗਸ ਮੋਡੂਲਸ ਬਲਕ ਮੋਡੂਲਸ ਸ਼ੀਅਰ ਮੋਡੂਲਸ ਆਫ ਰਿਜਿਡਿਟੀ ਪੁਆਇਜ਼ਨਸ ਰੇਸ਼ੀਓ ਐਂਡ ਇਲਾਸਟਿਕ એનર્ਜੀ ਸੋ ਬੱਚੇ ਇੰਨਾ ਪੋਰਸ਼ਨ ਲਾਸਟ ਕੋਰੋਨਾ ਟਾਈਮ ਦੇ ਵਿੱਚ ਕੱਟ ਹੋ ਗਿਆ ਸੀ ਠੀਕ ਹੈ ਲਾਸਟ ਟਾਈਮ ਕੱਟ ਹੋ ਗਿਆ ਸੀ ਬਟ ਹੱਲੇ ਤੱਕ ਜਿਹੜਾ ਕੈਲੋ ਸਾਨੂੰ ਪੰਜਾਬ ਬੋਰਡ ਨੇ ਬਿਲਕੁਲ ਸਟਾਰਟਿੰਗ ਦੇ ਵਿੱਚ ਇਹ ਸਿਲੇਬਸ ਪ੍ਰੋਵਾਈਡ ਕੀਤਾ ਸੀਗਾ ਕਿ ਇਸ ਸਾਲ ਦਾ ਇਹ ਸਿਲੇਬਸ ਹੋਏਗਾ ਸੋ ਫਸਟ ਟਰਮ ਦੇ ਵਿੱਚ ਬੱਚੇ ਕੋਈ ਵੀ ਟੌਪਿਕ ਨਹੀਂ ਕੱਟ ਹੋਇਆ ਇਟ ਮੀਨਸ ਡੈਫੀਨੇਟਲੀ ਸੈਕੰਡ ਟਰਮ ਦੇ ਵਿੱਚ ਵੀ ਕੋਈ ਸਿਲੇਬਸ ਰਿਡਿਊਸ ਨਹੀਂ ਹੋਏਗਾ ਜੋ ਸਾਨੂੰ ਸਟਾਰਟਿੰਗ ਦੇ ਵਿੱਚ ਸਿਲੇਬਸ ਦਿੱਤਾ ਗਿਆ ਸਿਲੇਬਸ ਸੇਮ ਉਹੀ ਹੀ ਆ ਹਲੇ ਤੱਕ ਬਸ ਮਾਰਕਿੰਗ ਸਕੀਮ ਨਹੀਂ ਆਈ ਇਹਦਾ ਮਤਲਬ ਆ ਸਾਰੇ ਟੌਪਿਕਸ ਤੁਹਾਨੂੰ ਕਰਨੇ ਪੈਣਗੇ ਔਰ ਇਹ ਟੌਪਿਕਸ ਬੱਚੇ 1-1 ਮਾਰਕਸ ਦੇ ਆ ਕੁਝ ਜ਼ਿਆਦਾ ਇਹਦੇ ਵਿੱਚੋਂ ਲੌਂਗ ਕੁਐਸਚਨ ਜਿਹੜਾ ਆ ਸਿਰਫ ਔਰ ਸਿਰਫ ਇੱਕ ਯੰਗਸ ਮੋਡੂਲਸ ਆ ਬੱਚੇ ਇਹਦਾ ਇੱਕ ਲੌਂਗ ਆਰਟੀਕਲ ਬਣਦਾ ਆ ਸੋ ਉਹ ਬਣ ਸਕਦਾ अदरवाइज ਸਾਰੇ 1 ਮਾਰਕਸ ਦੇ ਕੁਐਸ਼ਨਸ ਐ ਨੈਕਸਟ ਆਜੂ ਮੈਕੈਨੀਕਲ ਪ੍ਰੋਪਰਟیز ਆਫ ਫਲੂਇਡ ਇਹਦੇ ਵਿੱਚੋਂ ਬੱਚੇ ਕਾਫੀ ਜਿਹੜੇ ਟੌਪਿਕਸ ਆ ਉਹ ਇੰਪੋਰਟੈਂਟ ਆ ਔਰ 3 ਮਾਰਕਸ ਦੇ ਜਾਂ ਫਿਰ 5 ਮਾਰਕਸ ਦੇ ਕੁਐਸਚਨ ਜਿਹੜੇ ਆ ਬਣ ਸਕਦੇ ਆ ਜਿਸ ਦਾ ਬੱਚੇ ਪਾਸਕਲਸ ਲਾਅ ਹੋ ਗਿਆ ਇਹ ਇੰਪੋਰਟੈਂਟ ਟੌਪਿਕ ਆ ਇਹਦੇ ਵਿੱਚ ਹਾਈਡਰੌਲਿਕ ਬ੍ਰੇਕਸ ਐਂਡ ਹਾਈਡਰੌਲਿਕ ਲਿਫਟ ਦਿਸ ਇਜ਼ ਇੰਪੋਰਟੈਂਟ ਟੌਪਿਕ ਥੈਨ ਇਫੈਕਟ ਆਫ ਗ੍ਰੈਵਿਟੀ ਔਨ ਫਲੂਇਡ ਪ੍ਰੈਸ਼ਰ ਵਿਸਕੋਸਿਟੀ ਸ਼ਕਸ ਲਾਅ ਟਰਮੀਨਲ ਜਿਹੜੀ ਵੈਲੋਸਿਟੀ ਆ ਦੈਟ ਇਜ਼ ਇੰਪੋਰਟੈਂਟ ਟੌਪਿਕ ਸਟ੍ਰੀਮਲਾਈਨ ਟਰਬੂਲੈਂਟ क्रिटिकल वेलोसिटी वन मार्क्स का क्वेश्चन है देन बरनॉिस थ्योरम एंड इट्स एप्लीकेशन बच्चे बर्नॉलिस थ्योरम जोड़ा है फाइव so मार्क्स का मोस्ट 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 इंपॉर्टेंट क्वेश्चन है सो इन बिल्कुल नहीं के जाना देन सर्फेस टेंशन अटेंशन सर्फेस एनर्जी ये वन मार्क्स की क्वेश्चन है एंगल ऑफ कॉन्टैक्ट दिस इज ऑल्सो वन मार्क्स क्वेश्चन ਐਕਸੈਸ ਆਫ ਪ੍ਰੈਸ਼ਰ ਐਕਸੈਸ ਆਫ ਪ੍ਰੈਸ਼ਰ ਬੱਚੇ 3 ਮਾਰਕਸ ਦਾ ਕੁਐਸਚਨ ਜਿਹੜਾ ਪੁੱਛਿਆ ਜਾ ਸਕਦਾ ਸਮ ਟਾਈਮ ਇਹੀ ਕੁਐਸਚਨ ਬੱਚੇ 2 ਮਾਰਕਸ ਵਿੱਚ ਵੀ ਪੁੱਛ ਲੈਂਦੇ ਆ ਹਾਲਾਂਕਿ ਬਹੁਤ ਜ਼ਿਆਦਾ ਛੋਟਾ ਆਰਟੀਕਲ ਨਹੀਂ ਆ ਬਹੁਤ ਜ਼ਿਆਦਾ ਲੰਬਾ ਆਰਟੀਕਲ ਵੀ ਨਹੀਂ ਆ ਪਰ ਫਿਰ ਵੀ ਇਹ 2 ਔਰ 3 ਮਾਰਕਸ ਦੋਨਾਂ ਦੇ ਵਿੱਚ ਪੁੱਛਿਆ ਜਾ ਸਕਦਾ ਨੈਕਸਟ ਹੈ ਅਕ੍ਰੋਸ ਕਰਵਡ ਸਰਫੇਸ ਐਪਲੀਕੇਸ਼ਨ ਆਫ ਅ ਸਰਫੇਸ ਟੈਂਸ਼ਨ ਆਈਡੀਆਸ ਟੂ ਡ੍ਰੌਪ ਬੱਬਲ ਐਂਡ ਕੈਪੀਲਰੀ ਟਿਊਬ ਕੈਪੀਲਰੀ ਰਾਈਜ਼ ਹੀ ਆ ਠੀਕ ਹੈ ਬਾਕੀ ਸਾਰੇ ਬੱਚੇ 1 ਮਾਰਕਸ ਦੇ ਜਿਹੜੇ ਆ ਕੁਐਸਚਨਸ ਹੈ ਸੋ ਬੱਚੇ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਰਹੀ ਆ ਕਿਹੜੇ ਕੁਐਸਚਨ ਜ਼ਿਆਦਾ ਇੰਪੋਰਟੈਂਟ ਆ ਕਿਹੜੇ ਕੁਐਸਚਨ ਲੌਂਗ ਕੁਐਸਚਨਸ ਆ ਸਕਦੇ ਆ ਸੋ ਉਹਨਾਂ ਕੁਐਸਚਨਸ ਤੇ ਜ਼ਿਆਦਾ ਫੋਕਸ ਕਰਨਾ ਤਾਂ ਕਿ ਅਸੀਂ इजीली ਜਿਹੜੇ ਆ ਅੱਛੇ ਮਾਰਕਸ ਲੈ ਸਕੀਏ ਜਾਂ ਜ਼ਿਆਦਾ ਮਾਰਕਸ ਖਿੱਚ ਸਕੀਏ 1 ਮਾਰਕਸ ਦੇ ਵਿੱਚ ਕਹਿ ਲਓ ਕਿ ਅਗਰ ਤੁਸੀਂ ਡੀਪਲੀ ਸਟੱਡੀ ਕਰਕੇ ਜਾਓਗੇ ਤਾਂ 1 ਮਾਰਕਸ ਦੇ ਕੁਐਸਚਨਸ ਤੁਹਾਨੂੰ ਆਂਦੇ ਹੋਣਗੇ ਸੋ ਅਗਰ ਤੁਸੀਂ ਦੇਖੋਗੇ 3 অর 5 ਮਾਰਕਸ ਦੇ ਕੁਐਸਚਨ ਡਾਇਰੈਕਟ ਹੀ ਆਏ ਹੁੰਦੇ ਆ ਸੋ ਏਟਲੀਸਟ ਅਸੀਂ ਉਥੋਂ ਪੂਰੇ ਪੂਰੇ ਨੰਬਰ ਲੈ ਲਈਏ ਠੀਕ ਹੈ ਸੋ ਨੈਕਸਟ ਆਜੋ ਬੱਚੇ 9th ਤੁਹਾਡਾ ਚੈਪਟਰ ਆ ਥਰਮਲ ਪ੍ਰੋਪਰਟੀ ਆਫ ਮੈਟਰ ਜਿਹਦੇ ਵਿੱਚ ਕੀ ਆ ਹੀਟ ਕੀ ਆ ਟੈਂਪਰੇਚਰ ਕੀ ਆ ਥਰਮਲ ਐਕਸਪੈਂਸ਼ਨ ਥਰਮਲ ਐਕਸਪੈਂਸ਼ਨ ਆਫ ਸੋਲਿਡਸ ਲਿਕਵਿਡ ਐਂਡ ਗੈਸ ਸੋ ਇਹ ਬੱਚੇ ਇੰਪੋਰਟੈਂਟ ਟਾਪਿਕਸ ਹੈ ਇਹਦੇ ਵਿੱਚੋਂ ਜਿਹੜਾ ਕਿ ਸਪੈਸਿਫਿਕ ਹੀਟ ਕਪੈਸਿਟੀ ਆ ਸੀਪੀ ਸੀਵੀ ਬੱਚੇ ਇਹ ਕੀ ਆ ਇੰਪੋਰਟੈਂਟ ਟਾਪਿਕ ਆ 2 ਜਾਂ 3 ਮਾਰਕਸ ਦੇ ਵਿੱਚ ਇਹ ਪੁੱਛਿਆ ਜਾ ਸਕਦਾ ਅðਵਾਈਸ ਇਹ ਟਾਪਿਕਸ ਬੱਚੇ ਤੁਸੀਂ కెਮਿਸਟਰੀ ਦੇ ਅੰਦਰ ਵੀ ਕੀਤੇ ਹੋਣਗੇ ਠੀਕ ਹੈ ਨੈਕਸਟ ਆਜੋ ਹੀਟ ਟ੍ਰਾਂਸਫਰ ਕੰਡਕਟੈਂਸ ਸੋ ਇਹ ਚੀਜ਼ਾਂ ਕੀ ਆ ਸੋ ਇਹ ਵੀ ਬੱਚੇ 1-1 ਮਾਰਕਸ ਦੀਆਂ ਸਾਰੇ ਜੜੇ ਆ ਡੈਫੀਨੇਸ਼ਨਸ ਆ ਸਟੀਫਨਸ ਲਾਅ ਹੋ ਗਿਆ ਗ੍ਰੀਨ ਹਾਊਸ ਇਫੈਕਟ ਹੋ ਗਿਆ ਸੋ ਇਹ ਸਾਰੇ 1-1 ਮਾਰਕਸ ਦੇ ਟਾਪਿਕਸ ਹੈ ਸੋ ਪੂਰਾ ਚੈਪਟਰ ਬੱਚੇ 1 ਹਾਰਡਲੀ 2 ਮਾਰਕਸ ਦਾ ਕੋਈ ਕੁਐਸਚਨ ਪੁੱਛਿਆ ਜਾ ਸਕਦਾ ਬੇਸਿਕਲੀ ਇਹਦੇ ਵਿੱਚ ਸੀਪੀ ਐਂਡ ਸੀਵੀ ਦਾ ਰਿਲੇਸ਼ਨ ਉਹ ਇੰਪੋਰਟੈਂਟ ਆ ਉਹ ਅੱਛੇ ਤਰੀਕੇ ਨਾਲ ਕਰ ਲੈਣਾ ਬਾਕੀ ਸਾਰੇ ਆਲਮੋਸਟ ਬੱਚੇ 1 ਮਾਰਕਸ ਦੇ ਹੀ ਆ ਸੋ ਇਹਦੇ ਵਿੱਚੋਂ ਬੱਚੇ ਜਿਹੜਾ 10th ਚੈਪਟਰ ਆ ਮਕੈਨੀਕਲ ਪ੍ਰੋਪਰਟیز ਆਫ ਫਲੂਇਡ ਥਿਸ ਇਸ ਅ ਮੋਸਟ ਇੰਪੋਰਟੈਂਟ ਕੁਐਸਚਨ ਮੋਸਟ ਇੰਪੋਰਟੈਂਟ ਚੈਪਟਰ ਜਿਹਦੇ ਵਿੱਚੋਂ 3 ਜਾਂ 5 ਮਾਰਕਸ ਦਾ ਕੁਐਸਚਨ ਤੁਹਾਡਾ ਬਣ ਸਕਦਾ ਸੋ ਆਸੀਂ ਬੱਚੇ ਤੁਹਾਡਾ ਨੈਕਸਟ ਯੂਨਿਟ ਉਸ ਤੋਂ ਨੈਕਸਟ ਯੂਨਿਟ ਆਜੋ ਥਰਮੋਡਾਇ 8th ਯੂਨਿਟ ਆ ਬੱਚੇ ਤੁਹਾਡਾ ਨੈਕਸਟ ਥਰਮੋਡਾਇਨਾਮਿਕਸ ਸੋ ਥਰਮੋਡਾਇਨਾਮਿਕਸ ਦੇ ਵਿੱਚ ਬੱਚੇ ਕੁਝ ਇੱਕ ਟਾਪਿਕਸ ਆ ਜਿਹੜੇ ਕੀ ਕਹਿ ਲਓ ਬਹੁਤ ਜ਼ਿਆਦਾ ਲੈਂਥੀ ਚੈਪਟਰ ਨਹੀਂ ਆ ਹਾਰdਲੀ 6 ਡੇਜ਼ ਦੇ ਵਿੱਚ ਸਾਡਾ ਇਹ ਚੈਪਟਰ ਜਿਹੜਾ ਆ ਕੰਪਲੀਟ ਹੋ ਜਾਏਗਾ ਨੰਬਰ 1 ਇਜ਼ ਆ ਥਰਮਲ ਇਕੁਇਲਿਬਰੀਅਮ ਐਂਡ ਡਿਫੀਨੇਸ਼ਨਸ ਆਫ ਟੈਂਪਰੇਚਰ ਡਿਫੀਨੇਸ਼ਨ ਬੱਚੇ ਅਸੀਂ ਟੈਂਪਰੇਚਰ ਜਿਹੜਾ ਆ ਜ਼ੀਰੋਥ ਲੋ ਆਫ ਥਰਮੋਡਾਇਨਾਮਿਕਸ ਆ ਇਹ ਹਾਰdਲੀ ਬੱਚੇ 1 ਮਾਰਕਸ ਦਾ ਜਿਹੜਾ ਆ ਪੁੱਛਿਆ ਜਾ ਸਕਦਾ ਜੇ 2 ਮਾਰਕਸ ਆਏਗਾ ਤਾਂ ਨਾਲ ਡਾਇਗਰਾਮ ਬਣਾ ਕੇ ਅਸੀਂ ਐਕਸਪਲੇਨ ਕਰ ਦੇਣਾ ਇੰਟਰਨਲ એનર્ਜੀ ਬੱਚੇ 1 1 ਮਾਰਕਸ ਦੀ ਡੈਫੀਨੇਸ਼ਨਸ ਹੈ ਦੈਨ ਫਰਸਟ ਲਾ ਆਫ ਥਰਮੋਡਾਇਨਾਮਿਕਸ ਦੈਨ ਆਈਸੋਥਰਮਲ ਐਂਡ ਐਡੀਆਬੈਟਿਕ ਪ੍ਰੋਸੈਸ ਬੱਚੇ ਆਈਸੋਥਰਮਲ ਐਂਡ ਐਡੀਆਬੈਟਿਕ ਪ੍ਰੋਸੈਸ ਜਿਹੜਾ ਆ ਪੂਰਾ ਪੂਰਾ ਆਰਟੀਕਲ ਹੈ ਔਰ 3 3 ਮਾਰਕਸ ਦਾ ਅਲੱਗ ਤੋਂ ਆਰਟੀਕਲ ਜਿਹੜਾ ਆ ਤੁਹਾਡੇ ਐਗਜ਼ਾਮ ਦੇ ਅੰਦਰ ਪੁੱਛਿਆ ਜਾ ਸਕਦਾ ਦੈਨ ਸੈਕੰਡ ਲਾ ਆਫ ਥਰਮੋਡਾਇਨਾਮਿਕਸ ਦੇ ਵਿੱਚ ਅਸੀਂ ਕਰਾਂਗੇ ਰਿਵਰਸੀਬਲ ਐਂਡ ਇਰਰੀਵਰਸੀਬਲ ਪ੍ਰੋਸੈਸ ਹੀਟ ਇੰਜਨ ਐਂਡ ਰੈਫਰਿਜਰੇਟਰ सो हीट इंजन बच्चे अलग तो थ्री मार्क्स का जो क्वेश्चन है पूछा जा सकता है बाकी ऑलमोस्ट सारे डेफिनेशन आ वन मार्क्स से या टू मार्क्स के कोश्चन थोड़े बनने क्लीयर हो गया जी नैक्सट आज नाइन्थ यूनिट बच्चे बिहेवियर ऑफ परफेक्ट गैस एनकनाइटिक थियरी ऑफ गैसिस ਸੋ ਇਹਦੇ ਵਿੱਚ ਬੱਚੇ ਇਹ ਵੀ ਆਲਮੋਸਟ ਤੁਸੀ ਹੀ ਕਹ ਲਓ కెਮਿਸਟਰੀ ਦੇ ਨਾਲ ਕਾਫੀ ਹੱਦ ਤੱਕ ਇਹ ਚੈਪਟਰ ਜਿਹੜਾ ਮੈਚ ਕਰਦਾ ਆ ਸੋ ਉੱਥੇ ਵੀ ਤੁਸੀਂ ਇਹ ਚੀਜ਼ਾਂ ਪੜੀਆਂ ਹੋਣਗੀਆਂ ਇਕੁਏਸ਼ਨ ਆਫ ਸਟੇਟ ਆਫ ਪਰਫੈਕਟ ਗੈਸ ਕੀ ਆ ਜਿਹੜੀ ਬੱਚੇ ਤੁਸੀਂ ਪੜਦੇ ਆ ਪੀ ਵੀ ਐਨ ਆਰਟੀ ਪੀ ਵੀ ਕਦੇ ਇਕੁਅਲ ਹੁੰਦਾ ਐ ਐਨ ਆਰਟੀ ਦੇ ਇਕੁਅਲ ਹੁੰਦਾ ਅਦਰਵਾਈਜ਼ ਤੁਸੀਂ ਇਹ కెਮਿਸਟਰੀ ਦੇ ਅੰਦਰ ਵੀ ਪੜ ਚੁੱਕੇ ਆ ਦਨ ਵਰਕ ਡਨ ਔਨ ਕੰਪਰੈਸ਼ਨ ਆਫ ਗੈਸ ਜਦੋਂ ਗੈਸ ਨੂੰ ਕੰਪਰੈਸ ਕੀਤਾ ਜਾਂਦਾ ਉਦੋਂ ਵਰਕ ਡਨ ਕਿੱਦਾਂ ਦਾ ਹੁੰਦਾ ਆ ਕਾਇਨੇਟਿਕ એનર્ਜੀ ਆਫ ਗੈਸਿਸ ਜੋ ਕਿ ਬੱਚੇ ਤੁਸੀਂ ਕੈਮਿਸਟਰੀ ਦੇ ਅੰਦਰ ਵੀ ਪੜੀਆਂ ਹੋਈਆਂ ਅਗਰ ਤੁਸੀਂ ਸੇਮ ਅਸੰਪਸ਼ਨਸ ਐਂਡ ਕਨਸੈਪਟ ਜਿਹੜਾ ਆ ਉਹ ਤੁਸੀਂ ਫਿਜ਼ਿਕਸ ਦੇ ਵਿੱਚ ਵੀ ਲਿਖ ਦੋਗੇ ਤਾਂ ਬਿਲਕੁਲ ਕਰੈਕਟ ਹੋਏਗਾ ਸੋ ਆਈ ਥਿੰਕ ਹੁਣ ਤੱਕ ਤੁਹਾਡਾ ਬੱਚੇ ਆਹ ਕਨਸੈਪਟ ਕੈਮਿਸਟਰੀ ਦੇ ਅੰਦਰ ਕੰਪਲੀਟ ਹੋਇਆ ਹੋਏਗਾ ਕਾਇਨੇਟਿਕ ਥਿਉਰੀ ਆਫ ਗੈਸਿਸ ਸੋ ਸੇਮ ਹੀ ਆਰਟੀਕਲ ਆਪਣਾ ਅਦਰ ਵੀ ਆ दैन कनेटिक इंटरप्रिटेशन ऑफ टैम्परेचर ये भी छोटा जि आर्टिकल है जो टू मार्क्स का पूछा जा सकता दैन आर एम एस वैल्यू स्पीड ऑफ अ गैस मॉलीक्यूल डिग्री ऑफ फ्रीडम लॉज़ ऑफ इक्यू पार्टीशन ऑफ एनर्जी दैन एप्लीकेशन ऑफ स्पेसिफिक हीट कपैसिटीज़ ऑफ गैस कॉन्सैप्ट ऑफ मीन फ्री पाथ एवोगेड नंबर सो बचे ये जो चैप्टर है ਜਿੰਨੇ ਵੀ ਟੌਪਿਕ ਹੈ ਇਹਦੇ ਵਿੱਚੋਂ 1 ਜਾਂ ਫਿਰ 2 ਮਾਰਕਸ ਦਾ ਹੀ ਕੁਐਸਚਨ ਆ ਸਕਦਾ ਹੈ ਇਹਦੇ ਵਿੱਚੋਂ 3 ਮਾਰਕਸ ਦਾ ਕੋਈ ਵੀ ਕੁਐਸਚਨ ਜਾਂ 5 ਮਾਰਕਸ ਦਾ ਕੋਈ ਵੀ ਕੁਐਸਚਨ ਨਹੀਂ ਬੰਦਾ ਕਿਉਂਕਿ ਇਹਦੇ ਵਿੱਚੋਂ ਛੋਟੀਆਂ-ਛੋਟੀਆਂ ਡੈਫੀਨੇਸ਼ਨਸ ਹੀ ਆਉਂਦੀਆਂ ਇਹਦਾ ਮਤਲਬ ਜੋ ਤੁਹਾਡੀ ਬੁੱਕ ਦੇ ਪਿੱਛੇ ਬੱਚੇ ਅਗਰ ਤੁਸੀਂ NCERT ਹੀ ਯੂਜ਼ ਕਰ ਰਹੇ ਹੋ ਦਿਨੇਸ਼ ਦੀ ਬੁੱਕ ਯੂਜ਼ ਕਰ ਰਹੇ ਹੋ ਮਾਡਰਨ ਦੀ ਬੁੱਕ ਯੂਜ਼ ਕਰ ਰਹੇ ਹੋ ਅਗਰ ਤੁਸੀਂ ਪੂਰਾ ਚੈਪਟਰ ਨਹੀਂ ਵੀ ਪੜ੍ਹਨਾ ਚਾਹੁੰਦੇ ਤਾਂ ਲਾਸਟ ਵਾਲੇ 1 ਔਰ 2 ਮਾਰਕਸ ਦੇ ਕੁਐਸਚਨਸ ਕਵਰ ਕਰ ਲਓ ਪੜ੍ਹ ਲਓ ਸਫੀਸ਼ੀਐਂਟ ਆ ਸੋ ਇਹਦੇ ਤੇ ਅਲੱਗ ਤੋਂ ਨੋਟਸ ਬਣਾਉਣ ਦੀ ਜ਼ਰੂਰਤ ਨਹੀਂ ਆ ਅਲੱਗ ਤੋਂ ਬਹੁਤ ਜ਼ਿਆਦਾ ਇਹਨੂੰ ਫੋਕਸ ਕਰਨ ਦੀ ਜ਼ਰੂਰਤ ਨਹੀਂ ਆ ਸਿਰਫ ਆਪਣੀ ਬੁੱਕ ਉਠਾਓ ਉਥੋਂ ਡਾਇਰੈਕਟ 1 ਔਰ 2 ਮਾਰਕਸ ਦੇ ਕੁਐਸਚਨ ਜਿਹੜੇ ਆ ਲਰਨ ਕਰ ਲਓ ਸਮਝ ਲਓ ਤੇ ਲਰਨ ਕਰ ਲਓ ਠੀਕ ਹੈ ਜੀ ਸੋ ਇਹ ਹੋ ਗਿਆ ਤੁਹਾਡਾ 9th ਯੂਨਿਟ ਹੁਣ ਆਜੋ ਬੱਚੇ 10th ਯੂਨਿਟ 10th ਯੂਨਿਟ ਕਾਫੀ ਇੰਪੋਰਟੈਂਟ ਹੈ ਔਰ ਇਹਦੇ ਵਿੱਚੋਂ ਬੱਚੇ 5 ਮਾਰਕਸ ਦਾ ਕੁਐਸਚਨ ਜਿਹੜਾ ਆ ਉਹ ਬਣ ਸਕਦਾ ਆ ਹੁਣ ਦੇਖੋ ਇਹਦੇ ਵਿੱਚ ਬੱਚੇ ਕੀ ਆਂਦਾ ਆ ਪ੍ਰੀਆਡਿਕ मोशन पीओडिक मोशन के अंदर यदि ही सब पार्ट है टाइम पीरीयड फ्रिकुएंसी डिसप्लेसमेंट एज अ फंक्शन ऑफ टाइम पीओडिक फंक्शनस है सो बचे असं पीओडिक मोशन बारे पढ़ा तो पीओडिक फंक्शन बारे पढ़ा नैक्सट आ जाओ सिंपल हारमोनिक मोशन की चीज़ है एदियाँ इक्ुएशनस किदा बन दें दैन ए फेज ऑसीलेन ऑफ लोडिंग स्परिंग रीस्टोरिंग फोर्स स्परिंग اپنی فورس கான்ਸਟੈਂਟ ਕੀ ਹੁੰਦੀ ਆ એનર્ਜੀ ਨਾ ਸਿੰਪਲ ਹਾਰਮੋਨਿਕ એનર્ਜੀ ਬੱਚੇ ਦੋ ਤਰ੍ਹਾਂ ਦੀ ਹੋ ਸਕਦੀ ਆ ਕਾਈਨੇਟਿਕ એનર્ਜੀ ਪਲੱਸ ਪੋਟੈਂਸ਼ੀਅਲ એનર્ਜੀ ਦੈਨ ਸਿੰਪਲ ਪੈਂਡੂਲਮ ਦੀ ਬੱਚੇ ਜਿਹੜੀ ਡੈਰੀਵੇਸ਼ਨ ਆ ਉਹ ਇੰਪੋਰਟੈਂਟ ਆ ਡਾਇਰੈਕਟ ਪੇਪਰ ਦੇ ਵਿੱਚ ਆ ਸਕਦੀ ਬੱਚੇ એનર્ਜੀ ਇਨ ਸਿੰਪਲ ਹਾਰਮੋਨਿਕ ਮੋਸ਼ਨ ਵੀ ਜਿਹੜਾ ਆ ਇੰਪੋਰਟੈਂਟ ਆ ਆਰਟੀਕਲ ਆ ਲੌਂਗ ਆਰਟੀਕਲ ਹੈ ਦੈਨ ਸਿੰਪਲ ਪੈਂਡੂਲਮ ਲੌਂਗ ਆਰਟੀਕਲ ਹੈ ਸਿੰਪਲ ਪੈਂਡੂਲਮ ਦੇ ਵਿੱਚ ਬੱਚੇ ਉਹਦੀ ਡੈਰੀਵੇਸ਼ਨ ਕਰਾਂਗੇ ਟਾਈਮ ਪੀਰੀਅਡ ਕਰਾਂਗੇ ਦੈਨ ਫ੍ਰੀ ਫੋਰਸ ਤੇ ਡੈਮਡ ਔਸੀਲੇਸ਼ਨ ਬੱਚੇ 1 1 ਮਾਰਕਸ ਦੀਆਂ ਜੋ ਡਿਫੀਨੇਸ਼ਨਸ ਐ ਦੈਨ ਰੈਜ਼ੋਨੈਂਸ ਕੀ ਹੁੰਦੀ ਆ ਇਹ ਵੀ 1 ਮਾਰਕਸ ਦੀ ਡਿਫੀਨੇਸ਼ਨ ਆ ਕਲੀਅਰ ਹੋ ਗਿਆ ਇਹਦਾ ਮਤਲਬ ਚੈਪਟਰ ਨੰਬਰ ਬੱਚੇ ਜਿਹੜਾ ਅਸੀਂ 14th ਕਰਾਂਗੇ ਔਸੀਲੇਸ਼ਨ ਔਸੀਲੇਸ਼ਨ ਦੇ ਵਿੱਚੋਂ ਦੋ ਕੁਐਸਚਨਸ ਲੌਂਗ ਕੁਐਸਚਨ ਬਣਦੇ ਆ ਤੁਹਾਡੇ એનર્ਜੀ ਇਨ ਸਿੰਪਲ ਹਾਰਮੋਨਿਕ ਮੋਸ਼ਨ ਐਂਡ ਸਿੰਪਲ ਪੈਂਡੂਲਮ ਬਾਕੀ ਸਾਰੇ ਬੱਚੇ ਜਿਹੜਾ ਆ ਤੁਹਾਡੇ 1 1 ਮਾਰਕਸ ਦੇ ਕੁਐਸਚਨਸ ਜਾਂ 2 ਮਾਰਕਸ ਦੇ ਕੁਐਸਚਨਸ ਜਾਂ ਨਿਊਮੈਰੀਕਲਸ ਜਿਹੜੇ ਆ ਹੋ ਸਕਦੇ ਆ ਸਾਡੇ ਬੱਚੇ +1 ਕਲਾਸ ਦਾ ਲਾਸਟ ਜਿਹੜਾ ਚੈਪਟਰ ਆ that is wave waves ਦੇ ਵਿੱਚੋਂ ਬੱਚੇ ਇੰਪੋਰਟੈਂਟ ਐ 2 ਮਾਰਕਸ ਦਾ ਜਾਂ 5 ਮਾਰਕਸ ਦਾ ਕੁਐਸਚਨ ਬਣ ਸਕਦਾ ਐ ਫੋਰ ਐਗਜ਼ਾਮਪਲ ਅਸੀਂ ਸਭ ਤੋਂ ਪਹਿਲਾਂ ਪੜਾਂਗੇ ਕਿ ਵੇਵ ਮੋਸ਼ਨਸ ਕੀ ਆ ਵੇਵ ਮੋਸ਼ਨ ਬੱਚੇ ਦੋ ਤਰੀਕੇ ਦੀਆਂ ਹੋ ਸਕਦੀਆਂ ਲੌਂਗੀਟਿਊਡਨਲ ਵੇਵਸ ਐਂਡ ਅਨਡਰ ਟ੍ਰਾਂਸਵਰਸਲ ਵੇਵ ਇਹਨਾਂ ਦੋਨਾਂ ਦੇ ਵਿਚਕਾਰਲਾ ਡਿਫਰੈਂਸ ਅਸੀਂ ਜਿਹੜਾ ਆ ਅੱਛੇ ਤਰੀਕੇ ਨਾਲ ਕਰਾਂਗੇ ਦੈਨ ਸਪੀਡ ਆਫ ਵੇਵ ਮੋਸ਼ਨ ਬਾਰੇ ਪੜਾਂਗੇ ਡਿਸਪਲੇਸਮੈਂਟ ਰਿਲੇਸ਼ਨ ਫॉर ਦਾ ਪ੍ਰੋਪਗੇਸ਼ਨ ਵੇਵ ਬਾਰੇ ਪੜਾਂਗੇ ਪ੍ਰਿੰਸੀਪਲ ਆਫ ਸੁਪਰਪੋਜੀਸ਼ਨ ਆਫ ਵੇਵਸ ਸੁਪਰਪੋਜੀਸ਼ਨ ਹੁੰਦਾ ਹੈ ਵੇਵਸ ਨੂੰ ਮਿਕਸ ਕਰਨਾ ਸੋ ਦੇ ਪ੍ਰਿੰਸੀਪਲ ਬਾਰੇ ਪੜਾਂਗੇ ਰਿਫਰੈਕਸ਼ਨ ਆਫ ਵੇਵਸ ਸਟੈਂਡਿੰਗ ਵੇਵਸ ਇਨ ਅ ਸਟ੍ਰਿੰਗ ਐਂਡ ਅ ਆਰਗਨ ਪਾਈਪ ਬੱਚੇ ਇਹ ਟਾਪਿਕ ਜਿਹੜਾ ਆ ਇੰਪੋਰਟੈਂਟ ਹੈ ਠੀਕ ਹੈ ਇਹ ਵਾਲਾ ਟਾਪਿਕ ਇੰਪੋਰਟੈਂਟ ਹੈ ਦੈਨ ਫੰਡਾਮੈਂਟਲ ਮੋਡਸ ਬਾਰੇ ਪੜਾਂਗੇ ਹਾਰਮੋਨਿਕਸ beats aur doppler effect ਡੋਪਲਰ ਇਫੈਕਟ ਇਜ਼ ਅ ਮੋਸਟ 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 ਇੰਪੋਰਟੈਂਟ ਟਾਪਿਕ ਸੋ ਬੱਚੇ 5 ਮਾਰਕਸ ਦਾ ਜੋ ਕੁਐਸਚਨ ਹੈ ਉਹ ਸਿੰਪਲ ਹਾਰਮੋਨਿਕ ਮੋਸ਼ਨ ਦੀ ਕਾਈਨੈਟਿਕ એનર્ਜੀ ਐਂਡ ਪੋਟੈਂਸ਼ੀਅਲ એનર્ਜੀ ਬਣ ਸਕਦਾ ਹੈ ਥੈਨ ਸਿੰਪਲ ਹਾਰਮੋਨਿਕ ਸਿੰਪਲ ਪੈਂਡੂਲਮ ਬਣ ਸਕਦਾ ਔਰ ਡੋਪਲਰ ਇਫੈਕਟ ਬਣ ਸਕਦਾ ਇਹਦਾ ਮਤਲਬ ਇਹੀ ਤਿੰਨ ਕੁਐਸਚਨ ਅਗਰ ਤੁਸੀਂ ਅੱਛੇ ਤਰੀਕੇ ਨਾਲ ਕਰਕੇ ਜਾਂਦੇ ਆ ਤਾਂ ਕਹਿ ਲਓ 70 ਤੋਂ 80% ਚਾਂਸਸ ਹੈ ਕਿ ਇਹਨਾਂ ਵਿੱਚੋਂ ਹੀ ਇੱਕ ਕੁਐਸਚਨ ਕੋਈ ਲੌਂਗ ਕੁਐਸਚਨ ਬਣ ਜਾਏਗਾ ਸਿਮਿਲਰਲੀ 3 ਮਾਰਕਸ ਦਾ ਕੁਐਸਚਨ ਬੱਚੇ ਜਿੱਦਾਂ ਕਿ ਲੌਂਗੀਟਿਊਡਨਲ ਵੇਵ ਦੀ ਡਿਫਰੈਂਸ ਪੁੱਛਿਆ ਜਾ ਸਕਦਾ ਪ੍ਰੋਪਗੇਸ਼ਨ ਵੇਵ ਵਾਲਾ ਬੱਚੇ ਇੱਕ ਆਰਟੀਕਲ ਆ ਸਟੈਂਡਿੰਗ ਵੇਵ ਦੇ ਨਾਲ ਉਹਦਾ ਡਿਫਰੈਂਸ ਪੁੱਛਿਆ ਜਾ ਸਕਦਾ ਸੋ ਨਾਲ ਦੀ ਨਾਲ ਜਿੱਦਾਂ ਬੱਚੇ ਆਪਾਂ ਚੈਪਟਰ ਕਰਦੇ ਜਾਵਾਂਗੇ ਨਾਲ ਦੀ ਨਾਲ ਮੈਂ ਤੁਹਾਨੂੰ ਚੈਪਟਰ ਦੇ ਐਂਡ ਵਿੱਚ ਜਿਹੜਾ ਆ ਮੋਸਟ ਇੰਪੋਰਟੈਂਟ ਟਾਪਿਕਸ 1 ਮਾਰਕਸ ਦੇ ਕੁਐਸਚਨ 2 ਮਾਰਕਸ ਦੇ ਕੁਐਸਚਨ ਆਈ ਵਿਲ ਟਰਾਈ ਕਿ ਕਿ ਮੈਂ ਤੁਹਾਨੂੰ ਹਰ ਇੱਕ ਚੀਜ਼ ਜਿਹੜੀ ਆ ਕਵਰ ਕਰਾਵਾਂ ਨੂਮੈਰੀਕਲਸ ਕਵਰ ਕਰਾਵਾਂ ਸੋ ਬੱਚੇ ਹੁਣ ਤੱਕ ਜੋ ਆਪਣੀ ਆਫਟਰ ਫਸਟ ਟਰਮ ਜਿਹੜੀ ਆਪਣੀ ਗ੍ਰੈਵਿਟੇਸ਼ਨ ਚੱਲ ਰਿਹਾ ਆ ਸੋ ਸਿਰਫ ਇੱਕ ਹੀ ਟਾਪਿਕ ਰਹਿ ਗਿਆ ਬੱਚੇ ਆਪਣੀ ਜੀਓ ਸਟੇਸ਼ਨਰੀ ਸੈਟਲਾਈਟ ਅਦਰਵਾਈਜ਼ ਆਪਣਾ অরਬਿਟਲ ਵੈਲੋਸਟੀ ਆਫ ਅ ਸੈਟਲਾਈਟ ਤੱਕ ਜਿਹੜਾ ਚੈਪਟਰ ਪ੍ਰੋਪਰ ਵੇ ਨਾਲ ਕੰਪਲੀਟ ਆ ਔਰ ਬੱਚੇ ਯਾਦ ਰੱਖਣਾ 1 অর 2 ਮਾਰਕਸ ਦੇ ਕੁਐਸਚਨ ਜਿਹੜੇ ਆ ਤੁਸੀਂ ਆਪਣੀ ਮੇਨ ਬੁੱਕ ਤੋਂ ਖੁਦ ਹੀ ਪ੍ਰਪੇਅਰ ਕਰਨੀਆਂ ਲੌਂਗ ਆਰਟੀਕਲਸ ਮੈਂ ਕਰਵਾ ਰਹੀ ਆ ਬਟ 1 ਐਂਡ 2 ਮਾਰਕਸ ਦੇ ਕੁਐਸਚਨਸ ਬੱਚੇ ਛੋਟੇ ਛੋਟੇ ਜੋ ਟਾਪਿਕਸ ਹੁੰਦੇ ਆ ਉਹ ਤੁਸੀਂ ਖੁਦ ਹੀ ਪੜ੍ਹਨੇ ਆ ਸੋ ਖੁਦ ਟਰਾਈ ਕਰੋ ਬੱਚੇ ਨੂੰ ਮੈਥੀਮੈਟਿਕਸ ਤੇ ਲੰਬੇ ਆਰਟੀਕਲਸ ਜਿਹੜੇ ਆਪਾਂ ਬਹੁਤ ਅੱਛੀ ਤਰੀਕੇ ਨਾਲ YouTube ਤੇ ਹੀ ਕਰ ਲਾਂਗੇ ਇੰਨਾ ਜਿੰਨਾ ਬੱਚੇ ਮੈਂ ਕਰਵਾ ਰਹੀਆਂ YouTube ਦੇ ਉੱਪਰ ਅਗਰ ਤੁਸੀਂ ਇੰਨਾ ਵੀ ਕਰੋਗੇ ਤਾਂ ਕਹਿ ਲਓ ਕਿ 90% ਸਫੀਸ਼ੀਐਂਟ ਆ ਇਹਨਾਂ ਸੋ ਬਸ ਗੱਲ ਰਹਿ ਗਈ 1 ਐਂਡ 2 ਮਾਰਕਸ ਦੇ ਕੁਐਸਚਨ ਅਗਰ ਬੱਚੇ ਮੇਰੇ ਕੋਲ ਟਾਈਮ ਬਚਦਾ ਆ ਤਾਂ ਡੈਫੀਨੇਟਲੀ ਮੈਂ ਤੁਹਾਨੂੰ 1 অর 2 ਮਾਰਕਸ ਦੇ ਕੁਐਸਚਨਸ ਦੀ ਤਿਆਰੀ ਵੀ ਕਰਵਾਉਂਗੀ ਅਗਰ ਬੱਚੇ ਕਿਉਂਕਿ ਟਾਈਮ ਬਹੁਤ ਕੱਟਾ ਸੋ ਮੈਂ ਟਰਾਈ ਕਰਾਂਗੀ ਕਿ ਪਹਿਲਾਂ ਆਪਣਾ ਸਿਲੇਬਸ ਕੰਪਲੀਟ ਹੋਵੇ ਥੈਨ ਅ 1 অর 2 ਮਾਰਕਸ ਦੇ ਕੁਐਸਚਨਸ ਆਪਾਂ ਡਿਸਕਸ ਕਰ ਲਾਂਗੇ ਸੋ ਬੱਚੇ ਆਪਣੇ ਜੋ ਸਿਲੇਬਸ ਆ ਆਪਣੇ ਫਰੈਂਡ ਸਰਕਲ ਤੱਕ ਸ਼ੇਅਰ ਕਰ ਦਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਅਗਰ ਚੈਨਲ ਤੇ ਫਸਟ ਟਾਈਮ ਆਏ ਹੋ ਤਾਂ ਬੱਚੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਥੈਂਕ ਯੂ ਸੋ ਮੱਚ